ਅੰਮ੍ਰਿਤਸਰ 'ਚ ਵਾਲਮੀਕਿ ਸਮੁਦਾਇ ਵੱਲੋਂ ਵਾਲਮੀਕਿ ਚੌਂਕ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਵਾਲਮੀਕਿ ਸਮੁਦਾਇ ਦੇ ਇੱਕ ਗੁੱਟ ਦਾ ਕਹਿਣਾ ਹੈ ਕਿ ਮੰਦਿਰ 'ਚ ਵਾਲਮੀਕਿ ਜੀ ਦੇ ਝੰਡੇ ਨੂੰ ਉਤਾਰ ਕੇ ਓਮ ਪ੍ਰਕਾਸ਼ ਗੱਬਰ ਅਤੇ ਉਸਦੇ ਸਾਥੀਆਂ ਵੱਲੋਂ ਤੀਰ ਕਮਾਨ ਵਾਲਾ ਝੰਡਾ ਲਗਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਹਨਾਂ ਮੰਗ ਕੀਤੀ ਕਿ ਇਸ ਝੰਡੇ ਨੂੰ ਉਤਾਰ ਕੇ ਆਰੋਪੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ। ਮੌਕੇ 'ਤੇ ਮੌਜੂਦ SDM ਵਿਕਾਸ ਹੀਰਾ ਨੇ ਵਾਲਮੀਕਿ ਸੰਤ ਸਮਾਜ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀ ਮੰਗ ਪ੍ਰਤੀ DC ਸਾਹਿਬ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਉਹ ਵਾਲਮੀਕਿ ਸੰਤ ਸਮਾਜ ਦੀ ਮੀਟਿੰਗ ਵੀ DC ਸਾਹਿਬ ਨਾਲ ਕਰਵਾਉਣਗੇ। ਕਿ ਜੀ, ਅੱਜ ਜਿਹੜਾ ਇਹ ਧਰਨਾ ਪ੍ਰਦਰਸ਼ਨ ਆ, ਇਹ ਪਾਵਨ ਵਾਲਮੀਕਿ ਤੀਰਥ ਜਿਹੜਾ ਤੀਰਥ ਆ ਅੰਮ੍ਰਿਤਸਰ ਦੇ ਵਿੱਚ, ਉੱਥੇ ਜਿਹੜੇ ਨਿਸ਼ਾਨ ਸਾਹਿਬ ਲੱਗਾ ਸੀ ਭਗਵਾਨ ਵਾਲਮੀਕਿ ਮਹਾਰਾਜ ਦਾ ਪਾਵਨ ਸੱਤਿਆ ਚਿੰਨ੍ਹ ਲੱਗਾ ਸੀ, ਕੁਛ ਸ਼ਰਾਰਤੀ ਅਨਸਰਾਂ ਨੇ, ਗੱਬਰ ਨੇ ਔਰ ਉਹਦੇ ਕੁਛ ਸਾਥੀਆਂ ਨੇ ਨਾਲ ਰਲ ਕੇ ਉਸ ਪਾਵਨ ਸੱਤਿਆ ਚਿੰਨ੍ਹ ਨੂੰ ਲਾ ਦਿੱਤਾ ਵਾ। ਕਿਉਂ ਇਹਦੇ 'ਤੇ ਕਾਫੀ, ਮਤਲਬ ਕਿ 10 ਦਿਨ ਹੋ ਗਿਆ, ਉਹ ਕਾਫੀ ਦਿਨਾਂ ਤੋਂ ਇਹ ਵਿਵਾਦ ਉਹ ਖੜ੍ਹਾ ਕਰੀ ਜਾਂਦਾ ਪਿਆ ਸੀ। ਅਤੇ ਇਹ ਪਾਵਨ ਸੱਤਿਆ ਚਿੰਨ੍ਹ ਸਾਡੇ ਸਮਾਜ ਦੀ ਪਹਿਚਾਣ ਆ, ਵਾਲਮੀਕਿ ਮਹਾਰਾਜ ਦੇ ਨਾਂ ਦੀ ਇਹ ਪਹਿਚਾਣ ਆ। ਅਤੇ ਅਸੀਂ ਇਹ ਸਰਕਾਰ ਕੋਲ ਇਹ ਸ਼ੁਰੂ ਤੋਂ ਮੰਗ ਰੱਖੀ ਸੀ ਕਿ ਇਹ ਪਾਵਨ ਵਾਲਮੀਕਿ ਸਤਸੰਗ ਜਿਹੜਾ ਇਹ ਚਿੰਨ੍ਹ ਹੈ ਲੱਗਾ ਰਹਿਣਾ ਚਾਹੀਦਾ ਵਾ ਉੱਥੇ, ਔਰ ਕੁਛ ਸ਼ਰਾਰਤੀ ਅਨਸਰਾਂ ਨੇ ਉਹਨਾਂ ਨੂੰ ਲਾ ਦਿੱਤਾ ਵਾ। ਅੱਜ ਜਿਹੜਾ ਧਰਨਾ ਪ੍ਰਦਰਸ਼ਨ ਦਿੱਤਾ ਪਾਵਨ ਵਾਲਮੀਕਿ ਤੀਰਥ 'ਤੇ, ਜਿਹੜੀ ਬੇਅਦਬੀ ਗੱਬਰ ਗਰੁੱਪ ਵੱਲੋਂ ਕੀਤੀ ਗਈ ਆ, ਅਤੇ ਉਹ ਸੇਵਕ ਨਾਥ ਜਿਹਨੇ ਉੱਥੋਂ ਪਾਵਨ ਸੱਤਿਆ ਚਿੰਨ੍ਹ ਉਤਾਰਿਆ ਅਤੇ ਪਰਮਾਤਮਾ ਵਾਲਮੀਕਿ ਦਿਆਵਾਨ ਜੀ ਦਾ ਨਾਮ ਉਤਾਰਿਆ, ਅਤੇ ਉਹਦੇ ਕਰਕੇ ਅੱਜ ਪੂਰਾ ਹੀ ਵਾਲਮੀਕਿ ਸਮਾਜ ਅੱਜ ਸੜਕਾਂ 'ਤੇ ਉਤਰਿਆ ਵਾ, ਤਾਂ ਹੀ ਕਿ ਉਹਨੇ ਆਪਣੀ ਕੌਮ ਦੀ ਗਰਦਾਰੀ ਦਿਖਾਈ, ਵਾਲਮੀਕਿ ਸਮਾਜ ਨੂੰ ਪਿੱਛੇ ਛੱਡ ਕੇ ਉਹਨੇ ਆਪਣਾ ਚੌਧਰ ਪੂਣਾ ਦਿਖਾਇਆ, ਅਤੇ ਅੱਜ ਉਹ ਭੰਡਾਰੀ ਪੁੱਲ ਦੇ ਉੱਤੇ ਇਸੇ ਮਸਲੇ ਨੂੰ ਲੈ ਕੇ ਧਰਨਾ ਲਾ ਕੇ ਬੈਠਾ ਵਾ। ਅਤੇ ਮੈਂ ਪੂਰੇ ਹੀ ਵਾਲਮੀਕਿ ਸਮਾਜ ਦੇ ਅੱਗੇ ਬੇਨਤੀ ਕਰਦਾ ਵਾਂ ਕਿ ਪੰਜਾਬ ਬੰਦ ਦੀ ਕੋਲ ਛੇਤੀ ਦਿੱਤੀ ਜਾਊਗੀ ਪਾਵਨ ਵਾਲਮੀਕਿ ਤੀਰਥ ਤੋਂ ਗੱਬਰ ਦੇ ਖਿਲਾਫ਼। ਅਤੇ ਇੰਨਾ ਹੀ ਕਹਿੰਦਾ ਹੋਇਆ, ਜੈ ਵਾਲਮੀਕਿ ਜੀ, ਜੈ ਭੀਮ ਜੀ। ਅੱਜ ਇੱਥੇ ਸੰਤ ਸਮਾਜ ਅਤੇ ਲੋਕਾਂ ਦੇ ਨੁਮਾਇੰਦੇ ਵਾਲਮੀਕਿ ਸਮਾਜ ਦੇ ਉਹਨਾਂ ਵੱਲੋਂ ਇੱਥੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ, ਜਿਹਦੇ ਵਿੱਚ ਉਹਨੇ ਜ਼ਿਲ੍ਹਾ ਪ੍ਰਸ਼ਾਸਨਿਕ ਮੰਗ ਪੱਤਰ ਦਿੱਤਾ। ਉਹ ਮੰਗ ਪੱਤਰ ਅਸੀਂ ਜੀ DC ਸਾਹਿਬ ਦੇ ਨਾਲ ਪ੍ਰਵਾਨਗੀ ਲੈ ਕੇ ਨਾ ਜਲਦ ਜਲਦੀ ਇੱਕ ਮੀਟਿੰਗ ਰਖਾਵਾਂਗੇ ਤਾਂ ਕਿ ਜਿਹੜੀ ਉਹਨਾਂ ਦੀ ਮੰਗਾਂ ਨੇ ਉਹਦੇ ਉੱਤੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਮੰਗ ਕੀ ਸਰ ਇਹਨਾਂ ਦੀ ਮੇਨ ਮੰਗ ਜੀ? ਉੱਥੇ ਦੀ ਕਿਸੇ ਨੇ ਕੋਈ ਚਿੰਨ੍ਹ ਲਾਏ ਸੀਗੇ, ਕੋਈ ਝੰਡੇ ਲਾਏ ਸੀਗੇ ਜਿਹੜੇ ਇਹਨਾਂ ਦੇ ਸਮਾਜ ਦੀ ਮਰਿਆਦਾ ਦੇ ਖਿਲਾਫ਼ ਹੈ। ਉਹ ਚਾਹੁੰਦੇ ਸੀਗੇ ਕਿ ਇਹ ਚਿੰਨ੍ਹ ਅਤੇ ਇਹ ਝੰਡੇ ਤੋਂ ਹਟਾ ਕੇ ਜਿਹੜੇ ਬੰਦੇ ਝੰਡੇ ਦੇ ਚਿੰਨ੍ਹ ਉਹ ਲਵਾਏ ਜਾਣ। ਨਹੀਂ ਜੀ, ਇਹ ਪ੍ਰੋਟੈਸਟ ਹੁਣ ਖਤਮ ਕਰਕੇ ਸ਼ਾਂਤੀਪੂਰਕ ਤਰੀਕੇ ਨਾਲ ਜਿਹੜਾ 13 ਤਰੀਕ ਨੂੰ ਇਹਦਾ ਸਮਾਗਮ ਹੈ ਉਹਦੇ ਵਿੱਚ ਸਾਰੇ ਪਾਰਟਿਸਪੇਟ ਕਰਨਗੇ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ TV ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।